ਚੋਰੀ ਦੇ ਮਾਲ ਦੇ ਨਾਲ ਇੱਕ ਸਾਮਰਾਜ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਦੇ ਵਿੱਚ ਫਾਸਟਵੇ ਕੰਪਨੀ ਦੇ ਜਿਹੜੇ ਨੈੱਟਵਰਕ ਕਨੈਕਸ਼ਨ ਨੇ, ਕੇਬਲਾਂ ਧੜਾਧੜ ਕੱਟੀਆਂ ਜਾ ਰਹੀਆਂ ਨੇ, ਸਮਾਨ ਦੀ ਚੋਰੀ ਕੀਤੀ ਜਾ ਰਹੀ ਹੈ। ਸਾਡੇ ਨਾਲ ਡਾਇਰੈਕਟਰ ਵਿਕਾਸ ਪੁਰੀ ਜੀ ਮੌਜੂਦ ਨੇ ਫਾਸਟਵੇ ਕੰਪਨੀ ਦੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਗੁੰਡਾਗਰਦੀ ਚੱਲ ਰਹੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਪਟਿਆਲਾ ਸ਼ਹਿਰ 'ਚ ਅੱਜ ਦੀ ਡੇਟ 'ਚ ਅਸੀਂ ਜੋ ਲੋਕ ਦੇਖ ਰਹੇ ਹਾਂ, ਇੱਕ ਸਿਵਲ ਵਾਰ ਸ਼ੁਰੂ ਕਰਾਤੀ ਇਹਨਾਂ ਨੇ। ਇੱਥੇ ਲੋਕ ਰਾਤ ਨੂੰ ਸਰੇਆਮ ਪਿਸਤੌਲਾਂ ਗੰਡਾਸੀਆਂ ਲੈ ਕੇ ਸੜਕਾਂ 'ਤੇ ਫਿਰਦੇ ਨੇ, ਤਾਰਾਂ ਵੱਢਦੇ ਨੇ, ਓਪਰੇਟਰਾਂ ਨੂੰ ਕੁੱਟਦੇ ਨੇ, ਸਮਾਨ ਚੋਰੀ ਕਰਦੇ ਨੇ, ਉਸ ਤੋਂ ਬਾਅਦ ਖੋਹਾਂ ਕਰਦੇ ਨੇ ਸਾਡੇ ਸਮਾਨ ਦੇ ਦਫ਼ਤਰਾਂ 'ਚੋਂ ਸਮਾਨ ਬੈਠ ਕੇ ਉੱਥੇ। ਅੱਛਾ, ਕੋਈ ਹੋਰ ਨਹੀਂ ਕਰਦਾ, ਜਿਹੜੇ ਇਹਨਾਂ ਦੇ ਲੋਕਲ ਲੀਡਰ ਨੇ ਇੱਥੇ, ਉਹ ਆਪ ਜਿਵੇਂ ਲਾਦੇਨ ਹੈ ਜਾਂ ਕੋਈ ਹੋਰ ਹੈ, ਅਮਨ ਹੈ, ਜਿਹੜੇ ਬੰਦੇ ਇਹਨਾਂ ਦੀ ਪੋਲਿਟਿਕਸ ਕਰਦੇ ਨੇ ਹਰਮੀਤ ਪਠਾਨ ਮਾਜਰਾ ਦੇ ਨਾਲ ਮਿਲ ਕੇ, ਇਹ ਬੰਦੇ ਉਰੇ ਆ ਕੇ ਸਰੇਆਮ ਚੋਰੀਆਂ ਕਰਦੇ ਨੇ। ਅਤੇ ਪ੍ਰਸ਼ਾਸਨ ਹੈ, ਪ੍ਰਸ਼ਾਸਨ ਇੰਨੀ ਬੇਬਸ ਹੈ, ਉਹ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਨੂੰ ਵੀ ਨਹੀਂ ਮੰਨਣ ਨੂੰ ਤਿਆਰ। ਉਹ ਮਤਲਬ ਮੈਂ ਇੰਨਾ ਕਾਨੂੰਨ ਤੋਂ ਉੱਤੇ ਵੀ ਜਾ ਕੇ ਪੁਲਿਸ ਇਹਨਾਂ ਦੀ ਮਦਦ ਕਰ ਰਹੀ ਹੈ, ਇਹ ਬੜੀ ਸ਼ਰਮਨਾਕ ਗੱਲ ਹੈ ਸਾਰੇ ਪੰਜਾਬ ਲਈ ਵੀ ਅਤੇ ਸ਼ਹਿਰ ਵਾਸੀਆਂ ਲਈ ਵੀ ਕਿ ਪੁਲਿਸ ਲਈ ਵੀ ਕਿ ਵੀ ਇਸ ਲੈਵਲ 'ਤੇ ਕੰਮ ਕਰਦੇ ਨੇ। ਅਤੇ ਇਸ ਸੰਬੰਧ ਦੇ ਵਿੱਚ ਤੁਸੀਂ ਪੁਲਿਸ ਦੇ ਨਾਲ ਰਾਬਤਾ ਕਾਇਮ ਕੀਤਾ ਹੋਵੇ? ਅਸੀਂ ਦੇਖੋ ਪੁਲਿਸ ਨਾਲ ਰਾਬਤਾ ਐਪਲੀਕੇਸ਼ਨਾਂ ਵੀ ਦਿੰਦੇ ਹਾਂ, ਉਹਨਾਂ ਨੂੰ ਮਿਲਦੇ ਵੀ ਹਾਂ, ਰਿਕੁਐਸਟ ਵੀ ਕਰਦੇ ਹਾਂ, ਪਰ ਜਿੰਨਾ ਕੁ ਉਹਨਾਂ ਦੀ ਬੇਬਸੀ ਹੈ, ਕੈਮਰੇ ਅੱਗੇ ਤਾਂ ਨਹੀਂ ਬੋਲ ਸਕਦੇ, ਪਰ ਉਹ ਕਿਸੇ ਹੱਦ 'ਚ ਬਹੁਤ ਜ਼ਿਆਦਾ ਉਹਨਾਂ ਦਾ ਬੇਬਸ ਨੇ, ਉਹ ਸਰਕਾਰ ਦੀ ਜਿਹੜੀ ਇਹ ਕਾਰਗੁਜ਼ਾਰੀ ਆ ਉਹਦੇ ਅੱਗੇ। ਅੱਛਾ, ਜੇ ਗੱਲ ਕਰੀਏ ਤਕਨੀਕੀ ਤੌਰ ਦੇ ਉੱਤੇ, ਤਾਂ ਟੈਕਨੀਕਲੀ ਜਿਹੜਾ ਸਮਾਨ ਹੁੰਦਾ ਬ੍ਰੌਡਕਾਸਟਿੰਗ ਦਾ, ਉਹਦੇ ਬਾਕਾਇਦਾ ਸੀਰੀਅਲ ਨੰਬਰ ਹੁੰਦੇ ਨੇ, ਕਈਆਂ ਦੇ ਉੱਤੇ ਤਾਂ IP ਐਡਰੈਸ ਵੀ ਹੁੰਦੇ ਨੇ, ਅਤੇ ਜਦੋਂ ਉਹ ਚੋਰੀ ਦਾ ਸਮਾਨ ਕਿਸੇ ਹੋਰ ਨੈੱਟ 'ਤੇ ਯੂਜ਼ ਕਰਨਗੇ ਤਾਂ ਉਦੋਂ ਪਤਾ ਲੱਗ ਜਾਣਾ। ਬਿਲਕੁਲ ਜੀ, ਜਿੰਨਾ ਵੀ ਸਾਡਾ ਇਹਨਾਂ ਨੇ ਸਮਾਨ ਚੋਰੀ ਕੀਤਾ ਅੱਜ ਤੱਕ, ਚਾਹੇ ਉਹ ਫਾਈਬਰ ਆਪਟਿਕ ਦੀਆਂ ਮਸ਼ੀਨਾਂ ਨੇ, ਚਾਹੇ ਅਲਫਾ ਨੇ, ਚਾਹੇ ਨੋਡਸ ਨੇ, ਚਾਹੇ ਐਮਪਲੀਫਾਇਰ ਕੁਛ ਵੀ ਹੈ, ਚਾਹੇ ਫਾਈਬਰ ਆਪਟਿਕ ਤਾਰ ਵੀ ਹੈ, ਸਭ 'ਤੇ ਸਾਡੇ ਕੋਲ ਬਿੱਲ ਨੇ, ਥਰੂ ਬਿੱਲ ਅਸੀਂ ਪਰਚੇਜਿੰਗ ਹੈ, ਅਤੇ ਹਰ ਦਾ ਸੀਰੀਅਲ ਨੰਬਰ ਹੈ, ਹਰ ਉਹਦਾ ਕੋਡ ਸਾਡੇ ਕੋਲ ਹੈਗਾ, ਅਤੇ ਉਹ ਅਸੀਂ ਹਾਈ ਕੋਰਟ 'ਚ ਆਲਰੇਡੀ ਪਹਿਲਾਂ ਵੀ ਪੇਸ਼ ਕਰ ਚੁੱਕੇ ਹਾਂ, ਇਹ ਵੀ ਕਰ ਦਾਂਗੇ। ਪਰ ਇਹਦੇ 'ਚ ਪਿਛਲੀ ਵਾਰ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ, FIR ਨਹੀਂ ਦਰਜ ਹੋਈ ਜਾਂ ਬੰਦੇ ਅਰੈਸਟ ਨਹੀਂ ਹੋਏ, ਅਤੇ ਇਸ ਵਾਰ ਵੀ ਇਹੀ ਹਾਲ ਹੈ। ਅਤੇ ਪੁਲਿਸ ਕਹਿੰਦੀ ਕਿ ਵੀ ਅਸੀਂ ਠੀਕ ਹੈ, ਤੁਸੀਂ ਹਾਈ ਕੋਰਟ ਗਏ ਹੋ ਅਤੇ ਠੀਕ ਹੈ, ਪਰ ਅਸੀਂ ਇਹਦੇ 'ਤੇ ਬੰਦਿਆਂ ਨੂੰ ਅਰੈਸਟ ਨਹੀਂ ਕਰ ਸਕਦੇ, ਬੇਬਸ ਨੇ। ਜਿਹੜੇ ਸਾਡੇ ਓਪਰੇਟਰ ਨੇ ਪਿਛਲੇ 25-25-30-30 ਸਾਲ ਤੋਂ ਕੰਮ ਕਰ ਰਹੇ ਨੇ, ਉਹਨਾਂ ਦਾ ਪਰਿਵਾਰ ਨੇ, ਉਹ ਪਰਿਵਾਰਾਂ 'ਚ ਰਹਿੰਦੇ ਨੇ, ਜਿਹੜੇ ਵੀ ਕਸਟਮਰਾਂ ਦੇ ਉਹਨਾਂ ਦੀ ਫੈਮਿਲੀ ਨੇ, ਅਗਲਾ ਉਹਨਾਂ ਉਹਦੇ ਨਾਲ ਹੀ ਕੰਮ ਕਰੇਗਾ, ਤੁਹਾਡੇ ਨਾਲ ਕਿਸੇ ਨੇ ਕੰਮ ਨਹੀਂ ਕਰਨਾ। ਪੰਜਾਬ ਦੇ ਵਿੱਚ ਅਕਸਰ ਪਿੰਡਾਂ ਵਿੱਚ ਵੇਖਣ ਨੂੰ ਆਉਂਦਾ ਹੈ ਕਿ ਜਿਹੜੇ ਭੇਡਾਂ ਬੱਕਰੀਆਂ ਚਾਰਨ ਵਾਲੇ ਆਜੜੀ ਹੁੰਦੇ ਨੇ, ਉਹ ਉਹਨਾਂ ਦੇ ਕੋਲ ਇੱਕ ਢਾਂਗੀ ਹੁੰਦੀ ਹੈ ਅਤੇ ਢਾਂਗੀ ਦੇ ਉੱਤੇ ਇੱਕ ਦਾਤੀ ਲੱਗੀ ਹੁੰਦੀ ਹੈ। ਪਰ ਪੰਜਾਬ ਦੇ ਜਿਹੜੇ ਰਾਜਨੀਤਿਕ ਨਵੇਂ ਜਿਹੜੇ ਆਜੜੀ ਨੇ, ਇਹਨਾਂ ਨੇ ਹੁਣ ਉਹਨਾਂ ਢਾਂਗੀਆਂ ਦਾ ਇਸਤੇਮਾਲ ਕੇਬਲ ਤਾਰਾਂ ਨੂੰ ਵੱਢਣ ਦੇ ਲਈ ਕਰਨਾ ਸ਼ੁਰੂ ਕਰ ਦਿੱਤਾ ਹੈ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਲਈ ਪ੍ਰਵੀਨ ਕੋਮਲ ਪਟਿਆਲਾ ਤੋਂ।